ਸਤਨਾਮ ਸ਼੍ਰੀ ਵਾਹਿਗੁਰੂ ਜੀ ਜਿਉ ਤੂੰ ਚਲਾਏ ਤਿਵ ਚੱਲਾ ਸੁਆਮੀ ਹੋਰ ਕੀਆ ਜਾਣਾ ਗੁਣ ਤੇਰੇ ਜਿਉ ਤੂੰ ਚਲਾਏ ਤਿਵ ਚੱਲਹਿ ਸੁਆਮੀ ਹੋਰ ਕੀਆ ਜਾਣਾ ਗੁਣ ਤੇਰੇ ਜੇਵ ਤੂੰ ਚਲਾਏ ਤਿਵ ਚੱਲਹਿ ਜਿਨਾਂ ਮਾਰਗ ਪਾਵਹਿ ਕਰਿ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੀਂ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹੀਂ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੀਂ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤੇ ਵੇ ਚਲਾਵਹੀਂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਸੀਸ ਬਖਸ਼ੀਸ਼ ਪਾਵਨ ਗੁਰੂ ਫਤਿਹ ਦੇ ਨਾਲ ਆਓ ਜੀ ਪਿਆਰ ਸਤਕਾਰ ਨਾਲ ਸਾਰੇ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਪਰਮ ਪਵਿੱਤਰ ਰਚਨਾ ਆਨੰਦ ਸਾਹਿਬ ਜਿਹਦੇ ਨਾਲ ਅਸੀਂ ਲੰਬੇ ਸਮੇਂ ਤੋਂ ਵਿਚਾਰ ਕਰ ਰਹੇ ਆ ਆਪ ਜੀ ਨੇ ਜਿਸ ਪੌੜੀ ਦਾ ਪਾਠ ਸਰਵਨ ਕੀਤਾ ਹੈ ਉਹ ਆਨੰਦ ਸਾਹਿਬ ਦੀ 15 ਨੰਬਰ ਪੌੜੀ ਹੈ ਇਸ ਪਾਵਨ ਪੌੜੀ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜਿੱਥੇ ਇਸ ਜੀਵਨ ਦੀ ਖੇਡ ਨੂੰ ਖੇਡਦੇ ਹੋਏ ਆ ਦੁੱਖਾਂ ਸੁੱਖਾਂ ਕਸ਼ਟਾਂ ਕਲੇਸ਼ਾਂ ਦੇ ਵਿੱਚ ਵਿਚਰਦੇ ਹੋਏ ਇਨਸਾਨ ਦੀ ਜੀਵਨ ਗਾਥਾ ਦੇ ਉੱਤੇ ਜਦੋਂ ਆਪਣੀ ਝਾਤ ਪਾਈ ਤਾਂ ਸਹਿਬ ਨੇ ਕਿਹਾ ਕਿ ਜ਼ਿੰਦਗੀ ਜਿਉਣ ਵਾਲਾ ਇਨਸਾਨ ਦੁੱਖਾਂ ਵਿੱਚ ਸੁੱਖਾਂ 'ਚ ਝਗੜਿਆਂ 'ਚ ਕਲੇਸ਼ਾਂ 'ਚ ਰੋਣ ਧੋਣ ਅਮੀਰੀ ਗਰੀਬੀ ਨਫ਼ਰਤ ਦਇਆ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਵਿਚਰਦਾ ਹੈ ਪਰ ਇਹ ਵਾਹਿਗੁਰੂ ਅਸਲ ਦੇ ਵਿੱਚ ਜੇ ਮੈਂ ਇਹ ਗੱਲ ਕਹਾਂ ਕਿ ਜਿਉਂ ਤੂੰ ਚਲਾਏ ਤੇ ਵਿਚੱਲੇ ਸੁਆਮੀ ਇਹ ਜਿਹੜਾ ਜੀਵਨ ਦਾ ਰਸਤਾ ਹੈ ਇਹ ਜਿਹੜੀ ਜੀਵਨ ਦੀ ਸੜਕ ਹੈ ਇਹਦੇ ਉੱਤੇ ਜਿਵੇਂ ਤੂੰ ਚਲਾਉਣਾ ਹੈ ਵਾਹਿਗੁਰੂ ਅਸੀਂ ਜੀ ਉਸੇ ਤਰ੍ਹਾਂ ਹੀ ਤੁਰਦੇ ਹਾਂ ਤੇਰੇ ਤੋਂ ਬਿਨਾਂ ਅਸੀਂ ਇੱਕ ਕਦਮ ਵੀ ਨਹੀਂ ਪੁੱਟਦੇ ਹੋਰ ਕਿਆ ਜਾਣਾ ਗੁਣ ਤੇਰੇ ਤੇ ਜੇ ਮੈਂ ਤੇਰੇ ਗੁਣਾ ਦੀ ਗੱਲ ਕਰਾਂ ਤੇ ਮੈਂ ਇੰਨੀ ਕੁ ਸੋਝ ਰੱਖਦਾ ਕਿ ਮੈਂ ਤੇਰੇ ਗੁਣਾ ਬਾਰੇ ਜ਼ਿਆਦਾ ਜਾਣਦਾ ਨਹੀਂ ਐ ਇੱਥੇ ਹੀ ਸਾਡੀ ਪ੍ਰੋਬਲਮ ਖੜੀ ਹੁੰਦੀ ਐ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਵੀ ਅਸੀਂ ਚੱਲਦੇ ਤੇਰੇ ਹੁਕਮ ਮੁਤਾਬਕਾਂ ਤੇਰੇ ਹੁਕਮ ਦੇ ਵਿੱਚ ਤਾਂ ਸਾਰਾ ਕੁਝ ਹੈ ਇਹ ਸਾਰਾ ਸੰਸਾਰ ਇਹ ਦੁਨੀਆ ਦੀ ਸਾਰੀ ਖੇਡ ਤੇਰੇ ਹੁਕਮ ਦੇ ਵਿੱਚ ਐ ਤੇਰੇ ਹੁਕਮ ਤੋਂ ਬਾਹਰ ਤਾਂ ਕੁਝ ਵੀ ਨਹੀਂ ਹੈ ਪਰ ਜਦੋਂ ਅਸੀਂ ਤੇਰੇ ਹੁਕਮ ਦੀ ਗੱਲ ਨੂੰ ਨਹੀਂ ਸਮਝਦੇ ਤੇਰੇ ਗੁਣਾਂ ਨੂੰ ਨਹੀਂ ਸਮਝਦੇ ਆ ਉਦੋਂ ਤੱਕ ਸਾਡੇ ਜੀਵਨ ਵਿੱਚ ਭਟਕਣਾ ਰਹਿੰਦੀ ਹੈ ਜਿਵੇਂ ਗੁਰੂ ਸਾਹਿਬ ਨੇ ਕਿਹਾ ਹਾਰ ਬਿਸਰਤ ਸਦਾ ਖੁਵਾਰੀ ਤਾਂ ਕੋ ਢੋਖਾ ਕਾਂਹ ਵਿਆਪੈ ਜਾਂ ਕੋ ਊਟ ਤੁਹਾਰੀ ਅਸੀਂ ਜਦੋਂ ਜੀਵਨ ਦੇ ਵਿੱਚ ਤੈਨੂੰ ਵਿਸਾਰ ਦਿੰਨੇ ਆ ਤੈਨੂੰ ਭੁੱਲ ਜਾਂਦੇ ਆ ਉੱਥੇ ਭਟਕਣਾ ਖੜੀ ਹੁੰਦੀ ਹੈ ਉੱਥੇ ਹੀ ਪ੍ਰੋਬਲਮ ਖੜੀ ਹੁੰਦੀ ਹੈ ਹੁਣ ਗੁਰੂ ਸਾਹਿਬ ਨੇ ਦੋ ਗੱਲਾਂ ਕਹੀਆਂ ਜਿਉਂ ਤੂੰ ਚਲਾਏ ਜਿਵੇਂ ਤੂੰ ਚਲਾਉਣਾ ਹੈ ਤੇਵ ਚੱਲੇ ਸੁਆਮੀ ਹੇ ਮੇਰੇ ਮਾਲਕ ਅਸੀਂ ਵੈਸੇ ਹੀ ਤੁਰਦੇ ਆਂ ਮਤਲਬ ਕਿ ਤੇਰੇ ਹੁਕਮ ਦੇ ਵਿੱਚ ਬਣੇ ਇਸ ਸੰਸਾਰ ਵਿੱਚ ਆਪਾਂ ਜਿਉ ਰਹੇ ਆਂ ਹੇ ਵਾਹਿਗੁਰੂ ਜੀ ਅਸੀਂ ਚੰਗੇ ਜਾਂ ਮਾੜੇ ਜਿਹੜੇ ਕੰਮ ਕਰ ਰਹੇ ਆਂ ਇਹ ਜੋ ਕੁਝ ਵੀ ਖਲਾਰਾ ਹੈ ਤੇਰਾ ਆਪਣਾ ਖਲਾਰਾ ਹੈ ਪਰ ਦੋ ਚੀਜ਼ਾਂ ਜਿਹੜੀਆਂ ਤੂੰ ਬਣਾਈਆਂ ਨੇ ਇੱਕ ਚੰਗਿਆਈ ਇੱਕ ਬਰਿਆਈ ਇੱਕ ਜਿਹੜਾ ਝੂਠ ਹੈ ਇੱਕ ਜਿਹੜਾ ਸੱਚ ਹੈ ਇੱਕ ਜਿਹੜਾ ਹਨੇਰਾ ਹੈ ਇੱਕ ਜਿਹੜਾ ਚਾਨਣ ਹੈ ਪਰ ਜਿਹੜਾ ਸਾਡਾ ਮਨ ਹੈ ਇਹ ਉਸ ਪਾਸੇ ਜਾਦਾ ਜਾਂਦਾ ਜਿਹੜੇ ਪਾਸੇ ਜਾ ਕੇ ਸਾਡਾ ਜੀਵਨ ਗਰ ਖੋਣਾ ਹੋਵੇ ਸਾਡੇ ਜੀਵਨੇ ਖਤਮ ਹੋਣਾ ਹੋਵੇ ਸਾਡੇ ਜੀਵਨੇ ਬਰਬਾਦ ਹੋਣਾ ਹੋਵੇ ਤੇ ਮਾਲਕ ਜੀ ਉਹ ਤਾਂ ਜਾਂਦਾ ਕਿਉਂਕਿ ਹੋਰ ਕੀ ਜਾਣਾ ਗੁਣ ਤੇਰੇ ਕਿਉਂਕਿ ਅਸੀਂ ਤੇਰੇ ਹੋਰ ਗੁਣਾਂ ਨੂੰ ਜਾਣਦੇ ਹੀ ਨਹੀਂ ਤੇਰੇ ਗੁਣਾਂ ਨੂੰ ਸਮਝਦੇ ਨਹੀਂ ਅਸੀਂ ਤੇਰੇ ਸੁਭਾਣ ਨੂੰ ਨਹੀਂ ਜਾਣਦੇ ਤੇਰੇ ਉਪਕਾਰਾਂ ਨੂੰ ਨਹੀਂ ਜਾਣਦੇ ਤੇਰੇ ਸਿਮਰਨ ਵੱਲ ਤੇਰੇ ਨਾਮ ਵੱਲ ਤੇਰੀ ਬੰਦਗੀ ਵੱਲ ਨਹੀਂ ਆਪਾਂ ਜੁੜੇ ਤਾਂ ਹੀ ਸਾਡੇ ਜੀਵਨ ਦੇ ਵਿੱਚ ਜਿਹੜੀ ਉਹ ਭਟਕਣਾ ਬਣੀ ਹੋਈ ਹੈ ਗੁਰੂ ਮਰਦਾਸ ਸਾਹਿਬ ਨੇ ਕਿਹਾ ਸਾਨੂੰ ਇਸ ਜੀਵਨ ਦੀ ਕੀਮਤ ਦਾ ਨਹੀਂ ਪਤਾ ਕਿ ਇਹ ਜੀਵਨ ਕਿੰਨਾ ਅਮੋਲਕ ਹੈ ਇਹ ਜੀਵਨ ਕਿੰਨਾ ਮਹਾਨ ਹੈ ਔਰ ਇਸ ਜੀਵਨ ਦੇ ਵਿੱਚ ਆਪਾਂ ਕਿੰਨਾ ਕੁਝ ਕਰਨਾ ਹੈ ਜਿਹੜੀ ਕਾਦਰ ਨੇ ਕੁਦਰਤ ਪੈਦਾ ਕੀਤੀ ਦੁਨੀਆ ਬਣਾਈ ਜਿਦੇ ਵਿੱਚ ਸਾਨੂੰ ਭੇਜਿਆ ਬਣਾਇਆ ਬਣਾ ਕੇ ਇਨਸਾਨ ਅਸੀਂ ਕਿੰਨਾ ਕੁਝ ਕਰਨਾ ਹੈ ਪਰ ਸਾਨੂੰ ਉਸ ਚੀਜ਼ ਦੀ ਕੀਮਤ ਦਾ ਨਹੀਂ ਪਤਾ ਅਸੀਂ ਭੰਗ ਦੇ ਪਹਾੜੇ ਆਪਣੇ ਜੀਵਨ ਨੂੰ ਬਰਬਾਦ ਕਰ ਜਾਂਦੇ ਆ ਮਾਰਿਆਂ ਚੰਗਿਆਂ ਕੰਮਾਂ ਦੇ ਵਿੱਚ ਬਰਬਾਦ ਕਰ ਜਾਂਦੇ ਆ ਜਿੰਨਾ ਜ਼ੋਰ ਅਸੀਂ ਕਿਸੇ ਦਾ ਬੁਰਾ ਕਰਨ ਉੱਤੇ ਲਾਉਂਦੇ ਆ ਨਾ ਉਤੋਂ ਥੋੜਾ ਜਿਹਾ ਜ਼ੋਰ ਵੀ ਅਸੀਂ ਕਿਸੇ ਦਾ ਭਲਾ ਕਰਨ ਦੇ ਉੱਤੇ ਲਾਈਏ ਨਾ ਤੇ ਸਾਡੇ ਅੰਦਰ ਜਿਹੜਾ ਜਾਨਵਰ ਹੈ ਨਾ ਬੁਰੀਾਈ ਵਾਲਾ ਉਹ ਖਤਮ ਹੋ ਸਕਦਾ ਪਰ ਨਹੀਂ ਇੱਥੇ ਪ੍ਰੋਬਲਮ ਇਹ ਹੈ ਸਾਡੀ ਲੋਕਾਂ ਦੀ ਆਪਾਂ ਉਹਨਾ ਜ਼ੋਰ ਕਿਸੇ ਦਾ ਭਲਾ ਕਰਨ ਵਾਲਣੀ ਜਿੰਨਾ ਜੋਰ ਆਪਾਂ ਕਿਸੇ ਦਾ ਬੁਰਾ ਕਰਨ ਵਾਲਾ ਲਾਉਂਦੇ ਆ ਅਸੀਂ ਇਹ ਸੋਚਦੇ ਆ ਕਿ ਇਹ ਵਿਖਾਵਾ ਜਿਹੜਾ ਆਪਾਂ ਦੁਨੀਆ ਦੇ ਸਾਹਮਣੇ ਕਰ ਰਹੇ ਆ ਸ਼ਾਇਦ ਰੱਬ ਨਹੀਂ ਜਾਣਦਾ ਕਮਲਿਓ ਇਹ ਦੁਨੀਆ ਦੇ ਵਿੱਚ ਹੀ ਸਾਰਾ ਕੁਝ ਹੈ ਜੇ ਕਿਸੇ ਦਾ ਬੁਰਾ ਕਰ ਰਹੇ ਹੋ ਮਾਰਾ ਕਰ ਰਹੇ ਹੋ ਤਾਂ ਇਹ ਸੋਚ ਕੇ ਚੱਲਿਓ ਕਿ ਇਹਦਾ ਖਮਿਆਜਾ ਭੁਗਤਣਾ ਪੈਣਾ ਜਿਵੇਂ ਸਾਡੇ ਬਜ਼ੁਰਗਾਂ ਨੇ ਕਿਹਾ ਨਾ ਕਿ ਜਿਹੜਾ ਇਨਸਾਨ ਕਿਸੇ ਦੇ ਲਈ ਖੂਹ ਤਿਆਰ ਕਰਦਾ ਉਹ ਉਹਦੇ ਵਿੱਚ ਹੀ ਡਿੱਕੇ ਮਰਦਾ ਹੈ ਉਹਦਾ ਖਾਤਾ ਪਹਿਲਾਂ ਹੀ ਤਿਆਰ ਹੁੰਦਾ ਕਦੇ ਵੀ ਆਪਣੀ ਜ਼ਿੰਦਗੀ ਨੂੰ ਮਜ਼ਾਕ ਨਾ ਸਮਝੋ ਇਹ ਜ਼ਿੰਦਗੀ ਬੜੀ ਬੇਸ਼ਕੀਮਤੀ ਹੈ ਇਹਦੀ ਕਦਰ ਜਾਣੋ ਇਹਦਾ ਮੁੱਲ ਜਾਣੋ ਕਿ ਆਪਾਂ ਕਾਹਦੇ ਵਾਸਤੇ ਦੁਨੀਆ 'ਚ ਆਏ ਆ ਕੀ ਕਰਨ ਵਾਸਤੇ ਆਏ ਆ ਤੇ ਆਪਾਂ ਦੁਨੀਆ ਦੇ ਲਈ ਕੀ ਕਰ ਰਹੇ ਆ ਇਹ ਸਮਝਣ ਦੀ ਜ਼ਰੂਰਤ ਹੈ ਸਾਨੂੰ ਤਾਂ ਹੀ ਆਪਾਂ ਪ੍ਰੋਬਲਮਾਂ ਵਿੱਚ ਆ ਤਾਂ ਹੀ ਆਪਾਂ ਕਸ਼ਟਾਂ ਵਿੱਚ ਆ ਤਾਂ ਹੀ ਆਪਾਂ ਰਾਤ ਦਿਨ ਰੋਂਦੇ ਫਿਰਦੇ ਆ ਜੇਵ ਤੂੰ ਚਲਾਏ ਤਿਵ ਚੱਲਹਿ ਜਿੰਨਾ ਮਾਰਗ ਪਾਵਹਿ ਅਗਲੀ ਗੱਲ ਮੈਂ ਇਹੀ ਸਮਝਦਾ ਕਿ ਜਿਸ ਰਾਹੇ ਤੂੰ ਸਾਨੂੰ ਤੋਰਦਾ ਹੈ ਉਸੇ ਰਾਹੇ ਅਸੀਂ ਤੁਰਦੇ ਹਾਂ ਪਰ ਸਤਿਗੁਰੂ ਕਹਿੰਦੇ ਜਿੰਨਾ ਬੰਦਿਆਂ ਨੂੰ ਆਤਮਿਕ ਆਨੰਦ ਮਾਨਣ ਦੇ ਰਸਤੇ ਉੱਤੇ ਤੋਰਦਾ ਜਿੰਨਾ ਮਾਰਗ ਪਾਵੇਂ ਮਾਰਗ ਤੇ ਉੱਜੜ ਦੋ ਰਸਤੇ ਹੁੰਦੇ ਉੱਜੜ ਉਹਨੂੰ ਕਹਿੰਦੇ ਆ ਜਿੱਥੇ ਕੋਈ ਰਸਤਾ ਦਿਸੇ ਨਾ ਜਿੱਥੇ ਕੋਈ ਰਸਤਾ ਹੀ ਨਾ ਹੋਵੇ ਉਹਨੂੰ ਆਪਾਂ ਉੱਜੜ ਕਹਿੰਦੇ ਆ ਉਜਾੜ ਕਹਿੰਦੇ ਆ ਮਾਰਗ ਉਹ ਜਿੱਥੇ ਬਣਾਇਆ ਹੋਵੇ ਰਸਤਾ ਬਣਾਇਆ ਹੋਵੇ ਅਗਲੇ ਪਾਸੇ ਕਹਿੰਦੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇਂ ਤੇ ਜਿਨ੍ਹਾਂ ਨੂੰ ਆਪਣੀ ਮਿਹਰ ਕਰਕੇ ਆਪਣੇ ਨਾਮ ਵਿੱਚ ਜੋੜਦਾ ਉਹ ਜਿਹੜੇ ਬੰਦੇ ਐ ਉਹ ਸਦਾ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਐ ਕਿੰਨਾ ਉੱਤੇ ਕਿਰਪਾ ਹੁੰਦੀ ਐ ਜਿਹੜੇ ਉਸ ਕਿਰਪਾ ਨੂੰ ਐਕਸੈਪਟ ਕਰਦੇ ਐ ਜਿਹੜੇ ਆਪਣੀ ਝੋਲੀ ਅਡਦੇ ਐ ਮਾਲਕ ਦੇ ਘਰੋਂ ਦਾਤ ਮੰਗਦੇ ਐ ਵਾਹਿਗੁਰੂ ਆਪਣੇ ਆਪ ਉਹਨਾਂ ਦੀਆਂ ਝੋਲੀਆਂ ਭਰਦਾ ਐ ਪਰ ਜੇ ਆਪਾਂ ਉਸ ਕਿਰਪਾ ਨੂੰ ਨਾ ਸਮਝੀਏ ਉਹਦੀ ਮਹਿਰਮਤ ਨੂੰ ਨਾ ਸਮਝੀਏ ਉਹਦੀ ਦਇਆ ਨੂੰ ਨਾ ਸਮਝੀਏ ਤਾਂ ਭਲੇ ਉਹ ਕੀ ਕੁਛ ਸਾਨੂੰ ਪ੍ਰਾਪਤ ਹੋਏਗਾ ਅਸੀਂ ਗੁਰੂ ਘਰ ਦੇ ਵਿੱਚ ਵੀ ਆ ਕੇ ਆਕੜ ਰੱਖੀਏ ਨਿਮਰਤਾ ਨਾ ਰੱਖੀਏ ਗੁਰਬਾਣੀ ਨੂੰ ਨਾ ਸਮਝੀਏ ਗੁਰੂ ਦੀ ਬਾਤ ਨੂੰ ਪੱਲੇ ਨਾ ਬੰਨਈਏ ਤੇ ਕਿੱਥੋਂ ਕਿਰਪਾ ਉਹਦੀ ਵਰਸੇ ਕਿਰਪਾ ਕਿਤੇ ਐਦਾਂ ਥੋੜੀ ਵਰਸਣੀ ਜਿੱਦਾਂ ਨਕਲੀ ਬਾਬਿਆਂ ਨੇ ਅੱਜਕੱਲ ਨਵਾਂ ਹੀ ਕਿਰਪਾ ਦਾ ਕੰਮ ਸਟਾਰਟ ਕੀਤਾ ਉਹ ਕਿਰਪਾ ਐਦਾਂ ਨਹੀਂ ਹੁੰਦੀ ਤੇ ਨਾਲੇ ਇਹ ਵੀ ਸੱਚ ਹੈ ਕਿ ਰੱਬ ਕਦੇ ਵਖਰੇਵਾ ਨਹੀਂ ਕਰਦਾ ਕਈਆਂ ਤੇ ਕੀ ਕਰੀ ਜਾਂਦਾ ਹੈ ਕਈਆਂ ਤੇ ਨਹੀਂ ਕਰਦਾ ਪਰਮਾਤਮਾ ਦੀ ਦਇਆ ਪਰਮਾਤਮਾ ਦੀ ਕਿਰਪਾ ਇੱਕ ਸਮਾਨ ਸਾਰਿਆਂ ਤੇ ਹੁੰਦੀ ਹੈ ਪਰ ਕੋਈ ਵਿਰਲਾ ਬਣ ਜਾਏ ਜਿਹੜਾ ਇਨਸਾਨ ਉਸ ਦਇਆ ਨੂੰ ਉਸ ਕਿਰਪਾ ਨੂੰ ਉਸ ਮਹਿਰਮਤ ਨੂੰ ਸਮਝਦਾ ਹੈ ਅੱਗੇ ਸਤਿਗੁਰ ਕਹਿੰਦੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦਵਾਰ ਹੈ ਸੁਖ ਪਾਵਹਿ ਜਿਸ ਜਿਸ ਮਨੁੱਖ ਨੂੰ ਤੂੰ ਆਪਣੀ ਸਿਫਤ ਚਲਾ ਦੀ ਬਾਣੀ ਸੁਣਾਉਂਦਾ ਹੈ ਜਿਸ ਜਿਸ ਬੰਦੇ ਨੂੰ ਤੂੰ ਆਪਣੀ ਸਿਵਤ ਸਲਾਹ ਦੀ ਬਾਣੀ ਸੁਣਾਉਂਦਾ ਹੈ ਭਾਵ ਸੁਣਨ ਵਾਲ ਪ੍ਰੇਰਦਾ ਹੈ ਉਹ ਬੰਦੇ ਗੁਰੂ ਦੇ ਦਰ ਉੱਤੇ ਪਹੁੰਚ ਕੇ ਆਤਮਕ ਆਨੰਦ ਦੀ ਪ੍ਰਾਪਤੀ ਕਰਦੇ ਹੈ ਕਿਹੜੇ ਜਿਹੜੇ ਗੁਰੂ ਦੇ ਦਰ ਦੇ ਉੱਤੇ ਟਹਿ ਪੈਂਦੇ ਹੈ ਜਿਹੜੇ ਗੁਰੂ ਮੁਤਾਬਕ ਹੋ ਜਾਂਦੇ ਜਿਹੜੇ ਗੁਰੂ ਮੁਤਾਬਕ ਜੀਵਨ ਆਪਣਾ ਢਾ ਲੈਂਦੇ ਹੈ ਸਾਬ ਕਹਿੰਦੇ ਨੇ ਉਹਨਾਂ ਇਨਸਾਨਾਂ ਨੂੰ ਤੂੰ ਆਤਮਕ ਆਨੰਦ ਦੀ ਦਾਤ ਦਿੰਦਾ ਹੈ ਕਹ ਨਾਨਕ ਸੱਚੇ ਸਾਹਿਬ ਜਿਉ ਭਾਵੈ ਤੇ ਵਚ ਲਾਵੇ हे ਮੇਰੇ ਸੱਚੇ ਮਾਲਕ ਜਿੱਦਾਂ ਤੈਨੂੰ ਚੰਗਾ ਲੱਗਦਾ ਦੁਨੀਆ ਨੂੰ ਤੂੰ ਵੈਸੇ ਹੀ ਚਲਾ ਰਿਆ ਸੰਸਾਰ ਨੂੰ ਉਦਾਂ ਹੀ ਚਲਾ ਰਿਆ ਜਿੱਦਾਂ ਤੈਨੂੰ ਚੰਗਾ ਲੱਗਦਾ ਸੋ ਇਸ ਪੌੜੀ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਤਮਕ ਆਨੰਦ ਦੀ ਗੱਲ ਕੀਤੀ ਹੈ ਕਿ ਆਤਮਕ ਆਨੰਦ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਇਨਸਾਨ ਆਪਣੇ ਗੁਰੂ ਦੇ ਦਰ ਉੱਤੇ ਟੈ ਪੈਂਦਾ ਜਦੋਂ ਇਨਸਾਨ ਬੁਰਾਈ ਵਾਲਾ ਪਾਸਾ ਛੱਡ ਦਿੰਦਾ ਜਦੋਂ ਇਨਸਾਨ ਸੱਚੇ ਰਸਤੇ ਉੱਤੇ ਤੁਰਨਾ ਸ਼ੁਰੂ ਕਰ ਦਿੰਦਾ ਸੱਚੇ ਮਾਰਗ ਚੱਲਦੇ ਹ ਉਸਤ ਕਰੇ ਜਹਾਨ ਵਾਲੀ ਗੱਲ ਕਿ ਚੰਗੇ ਰਸਤੇ ਉਤੇ ਤੁਰ ਪੈਂਦਾ ਹੈ ਮਾੜਾ ਪਾਸਾ ਛੱਡ ਦਿੰਦਾ ਹੈ ਗੁਰੂ ਦੇ ਦਰ ਉੱਤੇ ਟਹਿ ਪੈਣ ਦਾ ਮਤਲਬ ਹੈ ਈਗੋ ਛੱਡ ਦੇਣੀ ਹਉਮੈ ਹੰਕਾਰ ਨੂੰ ਛੱਡ ਦੇਣਾ ਵੱਧ ਤੋਂ ਵੱਧ ਕੋਸ਼ਿਸ਼ ਚੰਗੇ ਕੰਮਾਂ ਵੱਲ ਕਰਨੀ ਤੇ ਮਾਲਕ ਦੇ ਭਾਣੇ ਵਿੱਚ ਤੁਰਨਾ ਇਹ ਸਮਝ ਕੇ ਚੱਲਣਾ ਕਿ ਇਹ ਸਾਰਾ ਸੰਸਾਰ ਹੁਕਮ ਦੀ ਖੇਡ ਹੈ ਉਸ ਹੁਕਮ ਦੇ ਵਿੱਚ ਹੀ ਹੈ ਤੇ ਜੇ ਆਪਾਂ ਸੱਚਾ ਸੁੱਖ ਚਾਹੁੰਦੇ ਆ ਆਤਮਿਕ ਆਨੰਦ ਚਾਹੁੰਦੇ ਆ ਤੇ ਆਤਮਿਕ ਆਨੰਦ ਦੀ ਪ੍ਰਾਪਤੀ ਦੇ ਲਈ ਸਾਨੂੰ ਆਪਣਾ ਜੀਵਨ ਗੁਰੂ ਦੇ ਲੇਖੇ ਕਰਨਾ ਪੈਣਾ ਤੇ ਜਦੋਂ ਤੱਕ ਅਸੀਂ ਆਪਣਾ ਜੀਵਨ ਗੁਰੂ ਦੇ ਲੇਖੇ ਨਹੀਂ ਕਰਦੇ ਆ ਉਦੋਂ ਤੱਕ ਸਾਨੂੰ ਆਤਮਿਕ ਆਨੰਦ ਨਹੀਂ ਮਿਲਣਾ ਸੱਚਾ ਸੁੱਖ ਸੱਚੀ ਖੁਸ਼ੀ ਨਹੀਂ ਮਿਲਣੀ ਸੱਚੀ ਖੁਸ਼ੀ ਉਦੋਂ ਮਿਲੇਗੀ ਜਦੋਂ ਅਸੀਂ ਆਪਣੇ ਜੀਵਨ ਨੂੰ ਗੁਰੂ ਸਾਹਿਬ ਦੇ ਰਸਤੇ ਉੱਤੇ ਤੋਰਾਂਗੇ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਮੁਤਾਬਕ ਢਾਲਾਂਗੇ ਆਪਣੇ ਜੀਵਨ ਨੂੰ ਗੁਰੂ ਦੇ ਮੁਤਾਬਕ ਕੁਰਬਾਨ ਕਰ ਦੇਵਾਂਗੇ ਸੋ ਗੁਰੂ ਸਾਹਿਬ ਦੀਆਂ ਇਹ ਬਾਤਾਂ ਸਾਡੇ ਪੱਲੇ ਪੈਣ ਸਾਡੇ ਹਿਰਦੇ 'ਚ ਵਸਣ ਇਹੀ ਆਸ ਹੈ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ